ਹੈਲੋ ਗਾਇਜ਼ ਹੂ ਆਰ ਯੂ ਆਈ ਹੋਪ ਯੂ ਆਰ ਫਾਈਨ ਗਾਡ ਗਿਵ ਯੂ ਲਾਟ ਆਫ ਹੈਪੀਨੈਸ ਲੈਟਸ ਸਟਾਰਟ आवर ਵਲੌਗ ਆਇਦਾ ਵਲੌਗ ਜਿਹੜਾ ਹੈ ਨਾ ਸਾਡੀ ਡੇਲੀ ਰੁਟੀਨ ਦੇ ਬਾਰੇ ਚ ਤੇ ਅੱਜ ਅਸੀਂ ਸਾਗ ਲੈ ਕੇ ਆਏ ਆ ਤੇ ਹੁਣ ਰਾਤ ਹੋ ਗਈ ਹੈ ਤੇ ਰਾਤੀ ਜਿਹੜਾ ਹੈ ਨਾ ਅਸੀਂ ਕੱਟਨੇ ਆ ਪਏ ਕਿਉਂਕਿ ਸਵੇਰ ਸੁਬਾ ਜਿਹੜਾ ਹੈ ਨਾ ਅਸੀਂ ਇਹਨ ਪਕਣਾ ਰੱਖ ਛਡਾਂਦੇ ਕਟਨੇ ਵਾਸਤੇ ਪਹਿਲਾਂ ਤੇ ਸਾਡੇ ਕੋਈ ਮਸ਼ੀਨ ਸਾ ਕਟਨੇ ਵਾਲੀ ਹੁਣ ਜਿਹੜਾ ਨਾ ਉਹ ਖਰਾਬ ਹੋ ਗਈ ਤੇ ਹੁਣ ਫਿਰ ਅਸੀਂ ਦਾਤਰ ਨਾ ਕਟਨੇ ਆ ਪੇ ਮਸ਼ੀਨ ਤਾਂ ਪਹਿਲਾਂ ਵੀ ਅਸੀਂ ਦਾਤਰ ਨਾ ਹੀ ਕੱਟਦੇ ਆਏ ਜਿੰਨ ਅਸੀਂ ਕਟਨੇ ਆ ਨਾ ਪੇ ਇਨਸੀਆਂ ਨੇ ਦਾਤਰ ਇਹਦੇ ਨਾਲ ਅਸੀਂ ਜਿੰਨਾ ਬਾਰੀਕ ਕਟਣਾ ਆਵੇ ਨਾ ਉਹਨਾਂ ਬਾਰੀਕ ਕਰ ਸਕਨੇ ਆ ਬਿਲਕੁਲ ਜਿਵੇਂ ਮਸ਼ੀਨ ਨਾਲ ਕੱਟੀਦਾ ਨਾ ਬਿਲਕੁਲ ਉੰਜੇ ਤਰ੍ਹਾਂ ਕੱਟੀ ਜਾਂਦਾ ਹੈ ਬਿਲਕੁਲ ਸਿਕੁਐਂਸ ਨਾਲ ਤੋਂ ਛੁਰੀ ਨਾਲ ਕੱਟੀਏ ਨਾ ਫਿਰ ਜਿਹੜਾ ਥੋੜਾ ਟਾਈਮ ਜ਼ਿਆਦਾ ਲੈਂਦਾ ਹੈ ਕਿਉਂਕਿ ਉਹ ਤਰ੍ਹਾਂ ਜਿਹੜਾ ਇਹਨਾਂ ਬੰਦਨ ਐਕਸਪੀਰੀਅੰਸ ਨਹੀਂ ਹੁੰਦਾ ਕਿਉਂਕਿ ਸਬਜ਼ੀ ਕੱਟੀ ਦੀ ਸਬਜ਼ੀ ਥੋੜੀ ਬਹੁਤੀ ਕੱਟੀਦੀ ਛੁਰੀ ਨਾਲ ਤੇ ਇਫ ਇਹ ਨਾ ਚੰਦੇ ਹੁੰਦੇ ਹਾਂ ਹੁੰਦੇ ਵੀ ਥੋੜਾ ਜ਼ਿਆਦਾ ਪਕਾਣਾ ਪੈਂਦਾ ਕਿਉਂਕਿ ਜੇ ਨੇਬਰ ਹੁੰਦੇ ਨੇ ਉਹਨਾਂ ਸਾਰਿਆਂ ਵੀ ਖਾਣਾ ਹੁੰਦਾ ਇਸ ਵਾਸਤੇ ਜਿਹੜਾ ਨਾ ਇਹ ਥੋੜਾ ਜ਼ਿਆਦਾ ਪਕਾਣਾ ਪੈਂਦਾ ਹੈ ਇਹ ਹੁਣ ਅਸੀਂ ਨਾ ਤੋਕੇ ਇੱਕ ਦੇਗ ਚ ਪਾ ਕੇ ਪਕਣਾ ਰੱਖ ਛੜਿਆ ਤੇ ਹੁਣ ਸਾਰੀ ਦਹੀ ਪਕਦਾ ਰਹੇਗਾ ਤਕਰੀਬਨ ਸ਼ਾਮਾਂ ਦੀ ਰਾਤਾਂ ਤੱਕ ਉਸ ਤੋਂ ਬਾਅਦ ਜਿਹੜਾ ਨਾ ਅਸੀਂ ਕੋਠਲਾ ਦੇ ਤੇ ਆਪੇ ਥੋੜਾ ਹੁੰਦਾ ਜਾਏ ਤਾਂ ਬਿਲਕੁਲ ਥੋੜਾ ਹੋ ਜੇ ਦਾ ਪੱਕ ਪੱਕ ਕੇ ਇਹ ਵੇਖੋ ਹੁਣ ਅੱਗੇ ਨਾ ਜਿਹੜਾ ਨਾ ਕਾਫੀ ਜ਼ਿਆਦਾ ਥੱਲੇ ਟੁਰ ਗਿਆ ਇਹਦੇ ਵਿੱਚ ਅਸੀਂ ਤਕਰੀਬਨ ਆਲਸ਼ਾ ਪਾਣੇ ਆ ਇੱਕ ਤੇ ਸਰ੍ਹੋਂ ਦੀ ਗੰਦਲਾ ਹੁੰਦੇ ਤੇ ਉਹ ਪਾ ਲਈਦੇ ਨੇ ਜਾਂ ਗੰਗਲੂਆਂ ਦੇ ਪੱਤੇ ਹੁੰਦੇ ਨੇ ਉਹ ਪਾ ਲਈਦੇ ਨੇ ਇਸ ਤੋਂ ਇਲਾਵਾ ਅਸੀਂ ਇਹਦੇ ਵਿੱਚ ਪਾਲਕ ਮੇਥਰੇ ਥੂਮ ਜਿਹੜਾ ਹੁੰਦਾ ਫਰੈਸ਼ ਹੋਣ ਗ੍ਰੀਨ ਥੂਮ garlic ਜਿਹੜਾ ਹੁੰਦਾ ਗ੍ਰੀਨ ਉਹ ਪਾਇਦਾ ਆਨੀਅਨ ਗ੍ਰੀਨ ਜਿਹੜਾ ਉਹ ਪਾਇਦਾ ਤੇ ਫਿਰ ਉਹ ਸਾਰਾ ਕੱਟ ਕੇ ਨਾ ਧੋ ਕੇ ਵਿੱਚ ਪਾੜੀਦਾ ਹੁਣ ਅਸੀਂ ਆ ਚੱਲਿਆਂ ਵਾਸ਼ਿੰਗ ਮਸ਼ੀਨ ਲਾਉਣ ਕਿਉਂਕਿ ਕੱਪੜੇ ਕਾਫੀ ਜ਼ਿਆਦਾ ਹੋ ਗਏ ਹੁਣ ਤੇ ਉਹ ਫਿਰ ਧੋਣ ਲੱਗੇ ਆ ਤੇ ਅਸੀਂ ਬਹਿ ਕੇ ਅੱਜ ਧੋਏ ਤੇ ਵੇਖੋ ਮਾਸ਼ਾਅੱਲਾ ਰੈਪਟ ਜਿਹੜੇ ਨਾ ਸਾਡੇ ਚਾਰਾ ਖਾਂਦੇ ਨੇ ਪਏ ਤੇ ਰੈਪਟ ਜਿਹੜਾ ਨਾ ਆਪਣੀ ਮਾਂ ਮਾ ਉ ਤੇ ਵੇਖੋ ਲੇਟ ਕੇ ਕਿਵੇਂ ਕਿੰਨੇ ਮਹੀਨਾ ਸੁੱਤਾ ਪਿਆ ਤੇ ਬਹੁਤ ਜ਼ਿਆਦਾ ਇੰਜਾਇ ਕਰਦੇ ਨੇ ਇਹਨਾਂ ਚੀ ਖਸੀਅਤ ਪਾਈ ਜਾਂਦੀ ਏ ਤੇ ਜਦੋਂ ਇਹ ਬੰਦੇ ਇਹਨਾਂ ਸਾਰੇ ਇਕੱਠੇ ਬੈਂਦੇ ਨੇ ਇਹ ਕੀ ਦੋ ਇਹਨਾਂ ਜੋੜ ਕੇ ਜਿਹੜੇ ਬੇਬੀ ਹੁੰਦੇ ਨੇ ਉੱਤੇ ਲੇਟੇ ਹੁੰਦੇ ਨੇ ਹੁਣ ਅਸੀਂ ਮਸ਼ੀਨ ਲਾ ਲਈਏ ਕਿਉਂਕਿ ਲੌਂ ਦੇ ਜਿਹੜੇ ਕੱਪੜੇ ਨੇ ਰਹਿਣੇ ਸੀਜ਼ਨ ਆ ਗਿਆ ਤੇ ਉਹਨਾਂ ਤੋਕੇ ਫਿਰ ਉਹਨਾਂ ਨੂੰ ਚੰਗੀ ਤਰ੍ਹਾਂ ਡਰਾਈ ਕਰਕੇ ਤੇ ਫਿਰ ਤੈ ਕਰਕੇ ਵਿੱਚ ਰੱਖ ਚੜਾਉਂਦੇ ਕੁੰਝਾਂ ਸਰਦੀਆਂ ਦਾ ਸੀਜ਼ਨ ਆ ਗਿਆ ਤੇ ਸਰਦੀਆਂ ਦੇ ਮੋਸਟਲੀ ਅਸੀਂ ਕੱਪੜੇ ਕੱਢ ਲੈਨੇ ਕੁਝ ਜਿਹੜੇ ਨਾ ਜ਼ੇ ਕੱਢਣ ਵਾਲੇ ਨੇ ਗਰਮੀ ਵਾਲਾ ਵੀ ਜਿਹੜੇ ਕਾਫੀ ਜ਼ਿਆਦਾ ਰੱਖ ਛੋੜਿਆ ਨੇ ਕੋਈ ਥੋੜੇ ਬਹੁਤੀ ਰਹਿ ਗਏ ਨੇ ਜਿਹੜੇ ਰੱਖਣ ਵਾਲੇ ਨੇ ਇਹਨਾਂ ਚੰਗੀ ਤਰ੍ਹਾਂ ਸੀ ਤੋਲ ਲਾਉਂਦੇ ਪਹਿਲਾਂ ਸਰਫ ਵਗੈਰਾ ਕੱਢ ਲਾਉਂਦੇ ਤੇ ਫਿਰ ਉਸ ਤੋਂ ਬਾਅਦ ਜਿਹੜਾ ਨਾ ਨੀਲ ਲਾ ਕੇ ਦੇਣਾ ਨਾ ਸੁਕਣਾ ਬਾਹਰੋਂ ਦੇ ਉਹਨਾਂ ਤੁਸੀਂ ਜਿਹੜਾ ਥੱਲੇ ਇੱਥੇ ਵੇਲੇ ਤਾਰ ਲਾਈ ਇੱਥੇ ਸੁਕਣੇ ਪਾ ਲੈਂਦੇ ਆ ਕਿਉਂਕਿ ਗਰਮੀ ਆਣ ਗਰਮੇ ਚ ਬਹੁਤ ਜਲਦੀ ਜਿਹੜਾ ਨਾ ਕੱਪੜੇ ਸੁੱਕ ਜਾਂਦੇ ਨੇ ਤੇ ਹੁਣ ਸਰਦੀਆਂ ਨੇ ਸਰਦੀਆਂ ਵਾਸਤੇ ਕੱਪੜਿਆਂ ਜਿਹੜਾ ਨਾ ਬਹੁਤ ਜ਼ਿਆਦਾ ਧੁੱਪ ਦੀ ਲੋੜ ਹੁੰਦੀ ਹੈ ਤੇ ਧੁੱਪ ਜਿਹੜੀ ਜ਼ਿਆਦਾ ਹੈ ਨਾ ਉਹ ਛੱਤ 'ਤੇ ਹੁੰਦੀ ਹੈ ਇਸ ਵਾਸਤੇ ਜਿਹੜਾ ਨਾ ਅਸੀਂ ਹੁਣ ਛੱਤ 'ਤੇ ਕੱਪੜੇ ਸੁਕਣੇ ਪਾਨੇ ਆ ਤਾਂ ਕਿ ਇੱਕ ਜਾਂ ਦੋ ਦਿਨਾਂ ਚ ਕਮਾਸ ਕਮ ਕੱਪੜੇ ਸੋਕ ਕੇ ਜਾਣ ਉਹਨਾਂ ਕੱਪੜੇ ਤੋਲੇ ਨੇ ਅਸੀਂ ਐਸੀ ਲਾਇਆ ਏ ਆਮ ਦਾ ਪੌਦਾ ਕਿਉਂਕਿ ਆਮ ਜੇ ਦਿਖਾਈ ਦੇਣ ਉਹਦੀ ਗੁੱਟਲੀਆਂ ਹੁੰਦੀਆਂ ਨੇ ਉੱਕਦੀਆਂ ਵੀ ਲਾਚੜੀ ਤੋਗ ਜਾਂਦੀਆਂ ਨੇ ਦੋ ਗਿੰਦ ਦੋ ਜਿਹੜੇ ਉਲੇ ਹੋਰ ਵੀ ਉੱਗਿਆਣ ਤੇ ਉਹ ਜਿਹੜਾ ਨਾ ਤੁਰੇਬਟ ਖਾ ਚੜੇ ਨੇ ਨਾਲ ਐਲੋਵੀਰਾ ਦੇ ਲਾਏ ਨੇ ਪਲਾਂਟ ਅਸੀਂ ਕਿਉਂਕਿ ਐਲੋਵੀਰਾ ਤਕਰੀਬਨ ਫੇਸ ਉੱਤੇ ਜਿਹੜਾ ਲਾਇਆ ਜਾਂਦੀ ਏ ਬਹੁਤ ਜ਼ਿਆਦਾ ਜਾਂ ਫਿਰ ਐਲੋਵੀਰਾ ਦਾ ਸਾਲਣ ਵੀ ਜਿਹੜਾ ਨਾ ਉਹ ਵੀ ਖਾਇਆ ਜਾਂਦਾ ਹੈ ਤੇ ਦੇ ਬਹੁਤ ਜ਼ਿਆਦਾ ਬੈਨੀਫਿਟ ਨੇ ਇਸ ਵਾਸਤੇ ਲਾਇਆ ਬਟ ਡਾ ਜਿਹੜਾ ਨਾ ਇਸ ਦੀ ਗਰੋਥ ਕੋਈ ਨਹੀਂ ਹੋਈ ਬਿਲਕੁਲ ਛੋਟਾ ਜਿਹਾ ਜੇ ਬਟ ਜਿਹੜੇ ਆਮ ਦਿਨਾਂ ਉਹ ਬਹੁਤ ਜ਼ਿਆਦਾ ਫਰੈਸ਼ ਨੇ ਹੁੰਦੀ ਗਰੋਥ ਪਰਿਵਰਤੀ ਹੁੰਦੀ ਹੈ ਪੇ ਨੂੰ ਅਸੀਂ ਚਾਹਤੇ ਕਪੜੇ ਸੁਕਣੇ ਪਾਣੇ ਆਪੇ ਦੇ ਨਾਲ ਜਿਹੜਾ ਸਾਡੇ ਸੜਕ ਲੱਗਦੀ ਏ ਤੇ ਸੜਕ ਉੱਤੇ ਜਿਹੜਾ ਟ੍ਰੈਫਿਕ ਕਾਫੀ ਜ਼ਿਆਦਾ ਹੁੰਦੀ ਹੈ ਬੱਚੇ ਹੁੰ ਜਾਂਦੇ ਨੇ ਪਏ ਉਹਨਾਂ ਨੂੰ ਛੁੱਟੀ ਹੋ ਗਈ ਸਕੂਲੋਂ ਕੋਈ ਟੁਰਦੇ ਜਾਂਦੇ ਨੇ ਪਏ ਕਿਉਂਕਿ 2:30 ਵਜੇ ਨਾਲ ਕੋਈ ਜਨ ਹੁੰਦੀ ਕੋਈ ਜਨ ਪੌਣੇ 3:00 ਵਜੇ ਛੁੱਟੀ ਹੁੰਦੀ ਹੈ ਤੇ ਕੋਈ ਗੱਡੀਆਂ ਤੇ ਜਾਂਦੇ ਨੇ ਪਰੇ ਸਾਂਹ ਜੇ ਸੁਕਣੇ ਪਾਏ ਨਾ ਤਕਰੀਬਨ 4 ਵਜੇ ਜੜੇ ਨਾ 2 3 3 ਵਜੇ ਨਾਲ ਜਿਹੜੇ ਇਹ ਸੁੱਕ ਜਾਣ ਦੇ ਫਿਰ ਲਾਂਦੇ ਅੱਛਾ ਥੱਲੇ ਸਾਡੀਆਂ ਬੈਫੈਲੋ ਬੱਜੀਆਂ ਨੇ ਤੇ ਜਿਹੜਾ ਸਾਡਾ ਬੋਰਡ ਉੱਤਰ ਹਾ ਤੇ ਇਹ ਨਸੀਨਾ ਬੈਫੈਲੋ ਦੇ ਛਾਡੂ ਵਾਸਤੇ ਲਾਇਆ ਹੈ ਕਿਉਂਕਿ ਗਰਮੀਆਂ ਜਿਹੜਾ ਨਾ ਬੈਫੈਲੋ ਬਹੁਤ ਜ਼ਿਆਦਾ ਛਾਂ ਦੀ ਲੋੜ ਹੁੰਦੀ ਹੈ ਜਿਨ੍ਹਾਂ ਨੂੰ ਧੁੱਪੇ ਪਣੀ ਹੈ ਨਾ ਦੇ ਫਿਰ ਬਹੁਤ ਜ਼ਿਆਦਾ ਹਾਂਪਤੀਆਂ ਤੇ ਤੋਪੇ ਸੀ ਗਰਮੀਆਂ ਚ ਬਹਨ ਨਹੀਂ ਸਕਦੇ ਐ ਸੀਜ਼ਨ ਚ ਜਿਹੜਾ ਨਾ ਸੀ ਇਹਨਾਂ ਤੋਪ ਚ ਬਨ ਲੈਨੇ ਆ ਨਾ ਜ਼ਿਆਦਾ ਹੁਣ ਤੋਪ ਹੁੰਦੀ ਐ ਨਾ ਜ਼ਿਆਦਾ ਸਰਦੀ ਹੁੰਦੀ ਐ ਇੰਨੀ ਜਿਹੜੀ ਹੁੰਦੀ ਐ ਨਾ ਦੋਪੇ ਬੇਰ ਕਰ ਲੈਂਦੀਆਂ ਨੇ ਬਫੈਲੋ ਇਤੋਂ ਜ਼ਿਆਦਾ ਨਹੀਂ ਬੇਰ ਕਰਦੀਆਂ ਤੇ ਹੁਣ ਵੀ ਇੱਕ ਪਾਈ ਜਾਂਦਾ ਐ ਬਫੈਲੋ ਲੈ ਕੇ ਸਵੇਰ ਜਿਹਨੇ ਲੈ ਕੇ ਆਉਂਦੇ ਨੇ ਡੇਰੇ ਤੇ ਬਫੈਲੋ ਫਿਰ ਉਹ ਤੇ ਚਾਰਾ ਵਗੈਰਾ ਖਵਾਉਂਦੇ ਨੇ ਤੁੱਪੇ ਬੰਦੇ ਨੇ ਫਿਰ ਉਹਨੇ ਇਸ ਵੇਲੇ ਜਿਹਨੇ ਵਾਪਸ ਲੈ ਕੇ ਜਾਂਦੇ ਨੇ ਜਾ ਕੇ ਹੁਣ ਘਰ ਜਿੱਥੋਂ ਨੇ ਵੇਲੇ ਵੇਰ ਬਣਾਈ ਐ ਉੱਤੇ ਫਿਰ ਇਹਨਾਂ ਚਾਰਾ ਵਗੈਰਾ ਪਾਉਂਦੇ ਨੇ ਤੇ ਨਾਲੇ ਦੁੱਧ ਵਗੈਰਾ ਤੁੰਤੋਂ ਦਿੰਦੇ ਨੇ ਇਸ ਵੇਲੇ ਜਾ ਕੇ ਕੱਪੜੇ ਹੁਣ ਅਸੀਂ ਡਰਾਈ ਹੋਣ ਵਾਸਤੇ ਪਾ ਛੜੇ ਨੇ ਹੁਣ ਅਸੀਂ ਥੱਲੇ ਚੱਲੇ ਆ ਤਾਂ ਦੁਬਾਰਾ ਜਿਹੜੇ ਹੋਰ ਕੱਪੜੇ ਨੇ ਉਹ ਤੋ ਆਂਦੇ ਤੇ ਆਪੀ ਜਿਹੜੇ ਨਵੇਂ ਸਾਫ਼ ਕਰਦੇ ਨੇ ਪਏ ਬੇਸਨ ਤੇ ਜਿਹੜਾ ਤਜ਼ਾਬ ਹੈ ਨਾ ਉਹ ਇਸ ਬੋਤਲ ਚ ਪਾ ਲਿਆ ਦੇ ਨਾਲ ਸੀ ਇੱਕ ਬੁਰਸ਼ ਲੈ ਲਿਆ ਕਿਉਂਕਿ ਉਹਨ ਜਿਹੜਾ ਹੱਥਾ ਨਾ ਲਾਈਏ ਨਾ ਤੇ ਹੱਥ ਜਿਹੜੇ ਨਾ ਬਹੁਤ ਜ਼ਿਆਦਾ ਜਿਹੜੇ ਨੇ ਸੈਂਸਿਟਿਵ ਹੁੰਦੇ ਨੇ ਤੇ ਉਹਨਾਂ ਨੂੰ ਅਲਰਜੀ ਹੋਣ ਦਾ ਖਤਰਾ ਹੁੰਦਾ ਹੈ ਜਾਂ ਜਿਹੜਾ ਨਾ ਤਜ਼ਾਬ ਲੜ ਜਾਂਦਾ ਹੈ ਇਸ ਵਾਸਤੇ ਸੀ ਨਹੀਂ ਇੱਕ ਟੈਕਨੀਕ ਕੱਢੀਏ ਤੇ ਬੁਰਸ਼ ਨਾਲ ਜਿਹੜਾ ਨਾ ਅਸੀਂ ਹੁਣ ਲਾ ਲੈਂਦੇ ਆ ਦੇਖ ਤੇ ਹਰ ਜਗ੍ਹਾ ਤੇ ਲੱਗ ਜਾਂਦਾ ਬਿਲਕੁਲ ਕੋਈ ਵੀ ਜਗ੍ਹਾ ਅਸੀਂ ਨਹੀਂ ਰਹਿਂਦੀ ਬਜੇ ਤੇ ਤੇ ਇਹ ਜਿਹੜਾ ਲੱਗੇ ਨਾ ਆ ਮੱਥੇ ਨਾ ਲਾਈਏ ਫਿਰ ਵੀ ਕੋਈ ਜਗ੍ਹਾ ਰਹਿ ਜਾਂਦੀ ਕੁਝਾਂ ਤੇ ਤੇ ਉਤੋਂ ਅਸੀਂ ਇੱਕ ਥੈਲਾ ਲਿਆ ਥੈਲੇ ਦਾ ਛੋਟਾ ਸਾਰਾ ਪੀਸ ਹੈ ਉਹ ਦਿਨ ਚੰਗੀ ਤਰ੍ਹਾਂ ਜਿਹੜਾ ਨਾ ਰੱਬ ਕੀਤਾ ਹੈ ਰੱਬ ਕਰਨੇ ਤੋਂ ਬਾਅਦ ਜਿਹੜਾ ਨਾ ਇਹ ਨਵਾਸ਼ ਕਰ ਛੜਿਆ ਤੇ ਬਿਲਕੁਲ ਜਿਹੜਾ ਨਾ ਨੀਟ ਐਂਡ ਕਲੀਨ ਹੋ ਗਿਆ ਬਿਲਕੁਲ ਇੰਝ ਸ਼ਾਈਨ ਕਰਦਾ ਹੈ ਭਾਵੇਂ ਬਿਲਕੁਲ ਨਿਊ ਹੈ ਜਿਹੜਾ ਸਾਡਾ ਕੁੱਤਾ ਜਿਹੜਾ ਸੀ ਕਰ ਰੱਖਿਆ ਆਈ ਉਹਨਾਂ ਸੀ ਉਹਨੋ ਦਾ ਦਿਲ ਲੱਗ ਗਿਆ ਸੀ ਬੰਨਿਆ ਹੁੰਦਾ ਵੈਸੇ ਜਿੱਥੇ ਸੈਰ ਕਰਨ ਜਾਂਦੇ ਆ ਸਾਡੇ ਨਾਲ ਨਾਲ ਜਾਂਦਾ ਦਿਨ ਦੋਤ ਪਾਈਦਾ ਸੂਬਾ ਵੀ ਦੁਪਹਿਰ ਸ਼ਾਮੀ ਰੋਟੀ ਵੀ ਪਾਈਦੀ ਤੇ ਬਹੁਤ ਹੀ ਮਾਸ਼ਾਅੱਲਾ ਜਿਹੜਾ ਨਾ ਬਿਊਟੀਫੁੱਲਲੀ ਟਾਜ گارਲਿਕ ਜਿਹੜੀ ਹੈ ਨਾ گارਲਿਕ ਦਾ ਜਿਹੜਾ ਮੈਂ ਗੁੱਡ ਕੀਤੀ ਗਈ ਤੇ ਚੰਗੀ ਜਿਹੜੀ ਹੈ ਨਾ ਸਾਰਾ ਘਾਸ ਵਗੈਰਾ ਮੈਂ ਕੱਟ ਛੜਿਆ ਤੇ ਬਿਲਕੁਲ گارਲਿਕ ਜਿਹੜਾ ਨੀਟ ਐਂਡ ਕਲੀਨ ਹੋ ਗਿਆ ਤੇ ਬਨਾਨਾ ਦੇ ਚੱਕਰ ਲੱਗੇ ਨੇ ਬਨਾਨਾ ਦੇ ਜਿਹੜੇ ਚੱਕਰ ਨੇ ਬਹੁਤ ਜਿਆਦਾ ਬਿਊਟੀਫੁੱਲ ਲੱਗਦੇ ਨੇ ਵੇਖੋ ਮਾਸ਼ਾਅੱਲਾ ਕਿੰਨਾ ਗ੍ਰੀਨ ਹੈ ਤੇ ਕਿੰਨਾ ਆਪਣੀ ਤਰਫ ਜਿਹੜਾ ਨਾ ਅਟਰੈਕਟ ਕਰਦਾ ਹੈ ਤੇ ਨਾਲ ਜਿਹੜਾ ਕਮਾਦ ਦੀ ਕਰਾਫਟ ਲੱਗੀ ਹੈ ਇਹ ਕਿਆ ਵੀ ਲੱਗੇ ਹੈ ਬਨਾਨਾ ਦਾ ਚੱਕਰ ਔਲੀਓਲੀ ਜਿਹੜਾ ਨੇ ਇਹਦੇ ਛੱਲੀਆਂ ਜਿਹੜੀਆਂ ਹੁੰਦੀਆਂ ਨੇ ਵੱਡੀਆਂ ਹੁੰਦੀਆਂ ਜਾਂਦੀਆਂ ਨੇ ਫਿਰ ਜਦੋਂ ਪੱਕ ਜਾਂਦਾ ਹੈ ਤੇ ਫਿਰ ਅਸੀਂ ਇਹਨਾਂ ਕੱਟ ਕੇ ਘਰ ਲੈ ਆਉਂਦੇ ਆਂ ਫਿਰ ਇਹਨਾਂ ਦਾਬ ਕੇ ਤੇ ਫਿਰ ਪਕਾ ਲੈਨੇ ਆਂ If you like my video, please subscribe my channel. Allah Hafiz. We meet again in our next vlog.